ਇੱਕ ਮਹਾਰਾਣੀ ਨੇ ਮਹਿਲ ਵਿੱਚ ਮਨਾਏ ਜਾ ਰਹੇ ਆਪਣੇ ਪਤੀ ਦੇ 50ਵੇਂ ਜਨਮ ਦਿਨ ਤੇ ਕਿਹਾ ਅੱਜ ਮੈਂ ਬਾਦਸ਼ਾਹ ਨਾਲ ਨਹੀਂ ਬੈਠਾਂਗੀ ਮੈਂ ਚਾਹੁੰਦੀ ਆ ਕਿ ਅੱਜ ਉਹਨਾਂ ਸਾਰੀਆਂ ਔਰਤਾਂ ਨਾਲ ਖੁੱਲ੍ਹ ਕੇ ਚੋਲ-ਮੋਲ ਕਰ ਲਵੇ ਜਿਨ੍ਹਾਂ ਤੇ ਉਹ ਕੁਰਬਾਨ ਹੁੰਦਾ ਰਹਿੰਦਾ ਹੈ ਤੇ ਜਿਹੜੀਆਂ ਉਹਨੂੰ ਚੋਰੀ ਛਿਪੇ ਮਿਲਣ ਦਾ ਯਤਨ ਕਰਦੀਆਂ ਰਹਿੰਦੀਆਂ ਹਨ ਬਾਦਸ਼ਾਹ ਨੂੰ ਇਹ ਮੇਰਾ ਉਸ ਲਈ ਜਨਮ ਦਿਨ ਦਾ ਤੋਹਫਾ ਹੋਵੇਗਾ